ਗੋਧਨ ਸੰਭਾਲਨ ਲਈ ਸਮਾਜ ਸੇਵੀ ਸੰਸਥਾ ਮੁਕਤੀ ਬਿਹਤਰ ਕੰਮ ਕਰ ਰਹੀ ਹੈ। ਕੁਲਦੀਪ ਕੁਮਾਰ ਨੇ ਆਖਿਆ ਕਿ ਗੋਧਨ ਸੰਭਾਲ ਲਈ ਮੁਕਤੀ ਦਾ ਗਠਨ 11 ਮਹੀਨਿਆਂ ਪਹਿਲੇ ਕੀਤਾ ਗਿਆ ਸੀ। ਸਮਾਜ ਸੇਵੀ ਸੰਸਥਾ ਮੁਕਤੀ ਦਾ ਮੁਖ ਮੰਤਵ ਆਵਾਰਾ ਬੇਸਹਾਰਾ ਬਿਮਾਰ ਅਤੇ ਦੁੱਧ ਨਾ ਦੇਣ ਵਾਲੀ ਗਾਵਾਂ ਦੀ ਦੇਖਭਾਲ ਕਰਨਾ ਅਤੇ ਨਾਦੀ ਸੇਵਾ ਕਰਨਾ ਹੈ। ਇੱਥੇ ਵੰਡਨਯੋਗ ਹੈ ਕਿ ਮੁਕਤੀ ਦੇ ਮੈਂਬਰ ਵਕਫਾ ਗੋਸ਼ਾਲਾ ਵਿੱਚ ਜਾ ਕੇ ਇਨ੍ਹਾਂ ਗਾਵਾਂ ਦੀ ਸੇਵਾ ਕਰਦੇ ਹਨ ਅਤੇ ਚਾਰਾ ਵੀ ਮੁਹਈਆ ਕਰਵਾਉਂਦੇ ਹਨ। ਇਸ ਮੌਕੇ ਤੇ ਸਤੁਤੀ अरोड़ा ਕਨਿਸ਼ਕ ਮਹਿੰਦਰੂ ਚੇਤਨਿਆ अरोड़ा ਵ੍ਰਿੰਦਾ ਖੁਰਾਣਾ ਵੇਦਿਕਾ ਖੁਰਾਣਾ ਵੀ ਮੌਜੂਦ ਸਨ। ਮੁਕਤੀ ਐਨਜੀਓ ਸੰਸਥਾ ਹੈ ਜਿਹੜੀ ਪਿਛਲੀ ਵਾਰੀ ਅਸੀਂ ਲਾਕਡਾਊਨ ਚ ਬਣਾਈ ਸੀ। ਇਹ ਸੰਸਥਾ ਨੂੰ ਅੱਜ ਤੱਕ तकरीबन ਬਣਿਆ ਹੋਇਆ ਜੇ 11 ਕ ਮਹੀਨੇ ਹੋਏ ਨੇ। ਤੇ ਇਹ ਸੰਸਥਾ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ ਜੀ ਇਹਦਾ ਮੇਨ ਮੋਟਿਵ ਕੀ ਹੈਗਾ ਕਿ ਉਹ ਗਾਈਆਂ ਦੀ ਸੇਵਾ ਕਰਨੀਆਂ ਜਿਹੜੀਆਂ ਗਾਈਆਂ ਦੁੱਧ ਨਹੀਂ ਦਿੰਦੀਆਂ ਜਾਂ ਬੇਸਹਾਰਾ ਨੇ ਜਾਂ ਜਿਹੜੀਆਂ ਬਿਮਾਰ ਨੇ ਜਾਂ ਹੈਂਡੀਕੈਪ ਨੇ ਤੇ ਇਹ ਲੋਕਡਾਊਨ ਦੇ ਵਿੱਚ ਕ੍ਰੀਏਟ ਕੀਤੀ ਗਈ ਸੰਸਥਾ ਸੀ ਕਿ ਬੱਚਿਆਂ ਨੇ ਆਪਸ ਵਿੱਚ ਇੱਕ ਮੀਟਿੰਗ ਕੀਤੀ ਤੇ ਮੀਟਿੰਗ ਵਿੱਚ ਇਹ ਸੋਚਿਆ ਕਿ ਸਾਰੇ ਲੋਕਾਂ ਨੂੰ ਰਾਸ਼ਨ ਪਹੁੰਚ ਰਿਹਾ ਆ ਆਟਾ ਦਾਲ ਲੇਕਿਨ ਉਹ ਬੇਸਹਾਰਾ ਗਾਈਆਂ ਜਿਹੜੀਆਂ ਬੋਲ ਵੀ ਨਹੀਂ ਸਕਦੀਆਂ ਜਿੰਨਾਂ ਤੋਂ ਹੀ ਸਭ ਕੁਝ ਲੈਨੇ ਆ ਤੇ ਉਹਨਾਂ ਵਾਸਤੇ ਵੀ ਸਾਨੂੰ ਕੁਝ ਕਰਨਾ ਚਾਹੀਦਾ ਹੈ ਤੇ ਅੱਜ ਉਹ ਐਨਜੀਓ ਇੱਕ ਸਾਲ ਦੇ ਵਿੱਚ 11200 ਮੈਂਬਰ ਦੇ ਨਾਲ ਬਹੁਤ ਵੱਡੀ ਐਨਜੀਓ ਬਣ ਗਈ ਹੈ ਤੇ 올ਓਵਰ ਇੰਡੀਆ ਦੇ ਵਿੱਚ ਇਹਦੇ ਮੈਂਬਰ ਨੇ ਤੇ ਅੱਜ ਇਹ ਐਨਜੀਓ ਰਜਿਸਟਰਡ ਵੀ ਹੋ ਚੁੱਕੀ ਹੋਈ ਆ ਤੇ ਮੈਂ ਇਹੋ ਚਾਹਨਾ ਕਿ ਜਿਹੜਾ ਅੱਜਕੱਲ ਦਾ ਯੂਥ ਹੈ ਉਹ ਬਾਕੀ ਕੰਮ ਤਾਂ ਸਾਰੇ ਕਰਦਾ ਹੈ 2-4000 5000 ਖਰਚ ਲੱਗਿਆ ਸਮਾਨ ਨਹੀਂ ਲਾਂਦਾ ਜਾਂ ਜਾਂ ਲੱਖ-ਲੱਖ ਰੁਪਏ ਦੇ ਫੋਨ ਖਰਚਦਾ ਤੇ ਮੈਂ ਇਹ ਸੋਚਦਾ ਕਿ ਉਹ ਐਸਐਨਜੀਓ ਦਾ 파ਟ ਬਣਨ ਤਾਂ ਜੋ ਅਸੀਂ ਇੱਕ ਆਪਣੀ ਗਊ ਮਾਤਾ ਜਿਨਨੇ जन्म तो नहीं देता लेकिन सानू जीवन जीने तो सेवा कर और जैसे, जैसे हमने अभी चालू है कि वहाँ पे जाके हम सेवा भी करते हैं। पिछली बार अजनाला जब गए थे तो वहाँ पे गोबर की सेवा भी करी थी और हम खुद चारा डालते हैं ताकि हमारे खुद एक उनके साथ कनेक्शन बन सके काउस के साथ और पता चल सके की कि वो किस चीज से सफर करते है कितनी भूखी तब सारी दुनिया उधर ड्रग्स और ऐसी चीजों में लगी हुई है वहां पे हम लोग एक अच्छी पॉजिटिव इंपेक्ट लेके आना चाहिए इस दुनिया पे और गैया की सेवा करें और अल्टीमेटली भगवान कृष्णा के भी जैसे बताया गया कि वो बहुत फेवरेट एनिमल है ही गैया तो उसकी भी हम सेवा कर सकें फास्ट फेड न्यूज टीम इस वे आई है मुक्ति संस्था वाले को बैठे ने कुलदीप जी और उन्होंने सारा परिवार कि कई महीनों तो इस सेवा दे लगे हुए ने नवी संस्था बनाई और जल्दी ही रजिस्टर करवाई और बहुत सारी सेवा करते पे ने गौशाला दल करके पता लगा कि काफ़ी हद तक ਚੰਗੀ ਚੀਜ਼ਾਂ ਨੂੰ ਇਹ ਫੋਲੋ ਕਰਦੇ ਪਏ ਹਨ ਔਰ ਇੱਕ ਮੈਸੇਜ ਦਿੰਦੇ ਪਏ ਹਨ ਨਵੀਂ ਜਨਰੇਸ਼ਨ ਨੂੰ ਕਿ ਉਹ ਵੀ ਇਸ ਪਾਸੇ ਲੱਗੇ ਆਪਣੇ ਹੋਰ ਕੰਮ ਛੱਡ ਕੇ ਤੇ ਹਮਰ ਪ੍ਰਸੰਨ ਅਜੇ ਕੁਮਾਰ ਨਾਲ ਜੇਪੀ ਸਿੰਘ ਫਾਸਟ ਨਿਊਜ਼